ਅਸੀਂ ਵਿਸਾਖੀ 'ਤੇ ਅੱਜ ਗੁਲਗੜੇ ਬਣਾਵਾਂਗੇ, ਗੁੜ ਅਤੇ ਆਟੇ ਦੇ ਨਾਲ ਬਣਾਵਾਂਗੇ ਕਚੋਰੀਆਂ। ਜਿਹਦੇ ਲਈ ਆਲੂ ਪਿਆਜ਼ ਅਦਰਕ ਪਾ ਲਿਆ ਸੀ, ਹੁਣ ਥੋੜ੍ਹੀ ਜਿਹੀ ਅਜਵਾਇਣ ਪਾਵਾਂਗੇ। ਜੀਰਾ ਪਾਵਾਂਗੇ, ਪਾਵਾਂਗੇ ਗਰਮ ਮਸਾਲਾ, ਦੇਗੀ ਮਿਰਚ, ਟੇਸਟ ਮੁਤਾਬਿਕ ਪਾਵਾਂਗੇ ਨਮਕ, ਥੋੜ੍ਹੀ ਕਸਤੂਰੀ ਮੇਥੀ, ਸੁੱਕਾ ਧਨੀਆ, ਗੁਲਗੁਲੇ ਬਣ ਗਏ ਨੇ। ਮੈਂ ਪਹਿਲੀ ਵਾਰੀ ਟਰਾਈ ਕੀਤਾ, ਬੜੇ ਸੋਹਣੇ ਜਿਵੇਂ ਰਸਗੁੱਲੇ ਹੁੰਦੇ ਨੇ। ਗੁਲਗੁਲੇ ਹੋ ਗਏ ਸਾਡੇ ਰੈਡੀ, ਗੁੜ ਵਾਲੇ। ਹੁਣ ਅਸੀਂ ਬਣਾਵਾਂਗੇ ਕਚੋਰੀਆਂ। ਪਕੌੜੇ ਹੁੰਦੇ ਪਏ ਸਾਡੇ ਤਿਆਰ। ਇਸ ਤੋਂ ਬਾਅਦ ਅਸੀਂ ਬਣਾਉਂਦੇ ਹਾਂ ਕਚੋੜੀਆਂ, ਫਿਰ ਅਸੀਂ ਰੈਡੀ ਹੋਵਾਂਗੇ ਸਾਰੇ। ਅਸੀਂ ਪਕੌੜਿਆਂ ਦੀ ਤਿਆਰੀ ਵੀ ਕਰ ਲਈ। ਜੀਰਾ, ਨਮਕ, ਦੇਗੀ ਮਿਰਚ, ਸੁੱਕਾ ਧਨੀਆ, ਜਵੈਣ, ਸਾਰਾ ਕੁਛ ਪਾ ਲਿਆ, ਪਾਲਕ, ਪਿਆਜ਼, ਆਲੂ। ਹੁਣ ਅਸੀਂ ਪਕੌੜੇ ਬਣਾਵਾਂਗੇ। ਇਹਦੇ 'ਚ ਥੋੜ੍ਹਾ ਬੇਸਣ ਪਾਉਂਦੇ ਹਾਂ। ਅੱਜ ਵਿਸਾਖੀ ਵੀ ਹੈ, ਨਾਲ ਵਿਸਾਖੀ ਮਨਾਵਾਂਗੇ, ਨਾਲੇ ਰੋਬਿਨ ਦੇ ਪਾਪਾ ਦਾ ਬਰਥਡੇ। ਇੱਧਰ ਅਸੀਂ ਟਿੱਕੀਆਂ ਬਣਾ ਲਈਆਂ ਨੇ। ਕਚੋਰੀਆਂ ਲਈ ਥੋੜ੍ਹਾ ਨਮਕ ਜ਼ਿਆਦਾ ਪਾ ਲਿਆ, ਕਿਉਂਕਿ ਫਿਰ ਆਟੇ 'ਚ ਥੋੜ੍ਹਾ ਘੱਟ ਲੱਗੇਗਾ। ਹੁਣ ਪਕੌੜੇ ਬਣਾਵਾਂਗੇ ਨਾਲ ਨਾਲ ਫਿਰ ਬਰਥਡੇ ਦੀ ਤਿਆਰੀ ਕਰਾਂਗੇ। ਬਸ ਟਿੱਕੀ ਸਾਡੀ ਸਲੋ ਗੈਸ 'ਤੇ ਬਣ ਚੱਲੀ, ਤਵਾ ਟਿੱਕੀ। ਇਸ ਤੋਂ ਬਾਅਦ ਅਸੀਂ ਬਣਾਵਾਂਗੇ ਪਕੌੜੇ ਥੋੜ੍ਹੇ ਜਿਹੇ। ਰੋਬਿਨ ਆ ਗਿਆ, ਗਾਇਸ ਪਾਪਾ ਜੀ ਆਉਣ ਵਾਲੇ ਨੇ, ਤਾਂ ਨਾਲ ਪਹਿਲੇ ਆਪਾਂ ਥੋੜੀ ਬਹੁਤੀ ਡੈਕੋਰੇਸ਼ਨ ਕਰ ਦਈਏ। ਆਪ ਪਿੱਛੇ ਲਾਵਾਂਗੇ ਬਲੂ, ਤਾਂ ਆਪਾਂ ਘਾਨੇ ਬੁਲਾਵਾਂਗੇ ਜੀ। ਆਪਾਂ ਡੈਕੋਰੇਸ਼ਨ ਥੋੜੀ ਕਰ ਲਈ, ਪਾਪਾ ਜੀ ਕਹਿੰਦੇ ਸੀ ਡੈਕੋਰੇਸ਼ਨ ਨਾ ਕਰੇ, ਤਾਂ ਆਪਾਂ ਕਰ ਲਈਏ।
ਤੇ ਪਾਪਾ ਜੀ ਸਾਡੇ ਵਾਰੀ ਵੀ ਤੇ ਕਰਦੇ ਨੇ ਤੇ ਆਪਣੀ ਵਾਰੀ ਆਪਾਂ ਨੀ ਕਰਕੇ ਦੇ ਸਕਦੇ ਦੇਖੀ ਜੀ ਆਪਾਂ ਵੱਡੇ ਬੁਆਏ ਨੂੰ ਡੇਕ ਡੇਕ ਕੇ ਥੱਕ ਗਏ ਆ ਤੇ ਉਹਨਾਂ ਨੂੰ ਪਤਾ ਹੀ ਨੀ ਪਾਪਾ ਜੀ ਨੂੰ ਕੇਕ ਵੀ ਕੱਟਣਾ ਤੇ ਉਧਰ ਆਟਾ ਲੈਣ ਚੱਲ ਗਏ ਨੇ ਦੁਕਾਨ ਚ ਤਾਂ ਇਹ ਨੀ ਹਜੇ ਹੈਪੀ ਬਰਥਡੇ ਟੂ ਯੂ ਹਲਾ ਤੋ ਹਲਾ ਹੋ ਨਰੀਆ ਦੋ ਗਾਇਸ ਕੇ ਖਾ ਕੇ ਦੱਸਦੇ ਆ ਹੋਇਆ ਨਾ ਜ਼ਮਾਨ ਮੰਮੀ ਨੇ